ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਰਵੇਂ ਕਲੇਲੇ ਦੀ ਰੈਸਪੀ ਪਰਵੇਂ ਕਲੇਲੇ ਜਿਹੜੇ ਅਸੀਂ ਬਣਾਣੇ ਆ ਇਹ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਤੇ ਬਹੁਤ ਜ਼ਿਆਦਾ ਸਵਾਦ ਬੰਦੇ ਨੇ ਕੋੜੇ ਬਿਲਕੁਲ ਨਹੀਂ ਬੰਦੇ ਨੇ ਤੇ ਆਓ ਅਸੀਂ ਇਹਨਾਂ ਨੂੰ ਬਣਾਈਏ ਸਾਫਤਬਾਲਾ ਅਸੀਂ ਲਵਾਂਗੇ ਅੱਧਾ ਕਿਲੋ ਦੇ ਕਰੀਬ ਕਲੇਲੇ ਤੇ ਕਲੇਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਹੈ ਧੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਪਿੱਲਰ ਦੇ ਨਾਲ ਚੰਗੀ ਤਰ੍ਹਾਂ ਇਹਦਾ ਛਿਲਕਾ ਜਿਹੜਾ ਉਤਾਰ ਲਵਾਂਗੇ ਜਿਹੜੇ ਸਾਰੇ ਕ੍ਰੇਲੇ ਆ ਅਸੀਂ ਇਹਨਾਂ ਨੂੰ ਸਾਫ਼ ਕਰ ਲਿਆ ਇਹਨਾਂ ਦਾ ਛਿਲਕਾ ਉਤਾਰ ਲਿਆ ਹੈ ਹੁਣ ਅਸੀਂ ਕਰਦ ਦੇ ਨਾਲ ਇਹਨਾਂ ਦੇ ਵਿੱਚ ਚੀਰੇ ਤਵਾਂਗੇ ਇਸ ਤਰ੍ਹਾਂ ਅਸੀਂ ਹਲਕਾ ਜਿਹਾ ਚੀਰਾ ਦੇ ਦੇਵਾਂਗੇ ਤੇ ਹਲਕਾ ਜਿਹਾ ਇਸ ਤਰ੍ਹਾਂ ਖੋਲ ਕੇ ਇਹਦੇ ਵਿੱਚ ਜਿਹੜੇ ਜਿਹੜੇ ਸਖਤ ਬੀਜ ਹੋਣਗੇ ਉਹਨਾਂ ਨੂੰ ਅਸੀਂ ਕੱਢ ਲਵਾਂਗੇ ਜਿਹੜੇ ਕੂਲੇ ਕੂਲੇ ਹੋਣਗੇ ਉਹ ਰਹਿਣ ਦਵਾਂਗੇ ਜਿਹੜੇ ਸੌਫਟ ਹੋਣਗੇ ਤੇ ਹੁਣ ਅਸੀਂ ਇਹਨਾਂ ਵਿੱਚ ਚੀਰੇ ਦੇ ਕੇ ਜਿਹੜੇ ਸਖਤ ਬੀਜ ਆ ਉਹਨਾਂ ਨੂੰ ਕੱਢ ਲੈਂਦੇ ਆ ਸਾਰੇ ਕ੍ਰੇਲਿਆਂ ਵਿੱਚ ਚੀਰਾ ਦੇਣ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚ ਇੱਕ ਚਮਚ ਪਾਵਾਂਗੇ ਨਮਕ ਦਾ ਇਨਾਂ ਵਿੱਚ ਅਸੀਂ ਇੱਕ ਚਮਚ ਨਮਕ ਦਾ ਪਾ ਦਵਾਂਗੇ ਤੇ ਅੱਧਾ ਕ ਚਮਚ ਅਸੀਂ ਇਹਦੇ ਵਿੱਚ ਪਾ ਦਾਂਗੇ ਹਲਦੀ ਦਾ ਹੁਣ ਜਿਹੜਾ ਅਸੀਂ ਨਮਕ ਤੇ ਹਲਦੀ ਪਾਇਆ ਹੈ ਇਹਨੂੰ ਚੰਗੀ ਤਰ੍ਹਾਂ ਅਸੀਂ ਕ੍ਰੇਲਿਆਂ ਦੇ ਨਾਲ ਇਸ ਤਰ੍ਹਾਂ ਮਲਣਾ ਹੈ ਨਮਕ ਤੇ ਹਲਦੀ ਨੂੰ ਚੰਗੀ ਤਰ੍ਹਾਂ ਕ੍ਰੇਲਿਆਂ ਦੇ ਨਾਲ ਅਸੀਂ ਮਲ ਕੇ ਰੱਖ ਦਵਾਂਗੇ ਜਿਹੜਾ ਨਮਕ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਵੇ ਇਸ ਕਰਕੇ ਅਸੀਂ ਕੱਲੇ-ਕੱਲੇ ਕ੍ਰੇਲੇ ਨੂੰ ਇਸ ਤਰ੍ਹਾਂ ਫੜ ਕੇ ਇਹਦੇ ਵਿੱਚ ਨਮਕ ਤੇ ਹਲਦੀ ਨੂੰ ਮਿਕਸ ਕਰਨਾ ਹੈ ਹੁਣ ਅਸੀਂ ਇੱਕ ਟੋਕਰੀ ਲੈ ਲਵਾਂਗੇ ਉਹਦੇ ਵਿੱਚ ਸਾਰੇ ਕ੍ਰੇਲੇ ਰੱਖ ਦਵਾਂਗੇ ਜਿਨ੍ਹਾਂ ਨੂੰ ਅਸੀਂ ਨਮਕ ਲਾ ਕੇ ਰੱਖਿਆ ਹੈ ਤੇ ਦੇਖਿਓ ਜਿਹੜਾ ਪਾਣੀ ਹੈਗਾ ਇਹਦੇ ਵਿੱਚ ਨਿਕਲਣਾ ਹੈਗਾ ਇਹ ਇਹਨੂੰ ਅਸੀਂ ਇਹ ਪ੍ਰੋਸੈਸ 30 ਮਿੰਟ ਦੇ ਲਈ ਕਰਨਾ ਹੈ ਤੇ ਟੋਕਰੀ ਰੱਖਣ ਤੋਂ ਪਹਿਲਾਂ ਉਹਦੇ ਨੀਚੇ ਕੋਈ ਕੋਲੀ ਜਾਂ ਕੋਈ ਡੂੰਗਾ ਜਾਂ ਕੋਈ ਭਾਂਡਾ ਘੁੱਲਾ ਰੱਖ ਦਿੱਤਾ ਜਾਵੇ ਤਾਂ ਜਿਹੜਾ ਪਾਣੀ ਹੈਗਾ ਕ੍ਰੇਲਿਆਂ ਦਾ ਕੋੜਾ ਪਾਣੀ ਨਿਕਲ ਕੇ ਉਹਦੇ ਵਿੱਚ ਪੈ ਜਾਵੇ 30 ਮਿੰਟ ਹੋ ਚੁੱਕੇ ਨੇ ਤੇ ਦੇਖੋ ਜਿਹੜਾ ਕ੍ਰੇਲਿਆਂ ਨੇ ਪਾਣੀ ਐ ਛੱਡ ਦਿੱਤਾ ਹੈ ਤੇ ਹੁਣ ਅਸੀਂ ਕ੍ਰੇਲਿਆਂ ਨੂੰ ਚੰਗੀ ਤਰ੍ਹਾਂ ਧੋ ਲੈਂਦੇ ਆ ਇੱਕ ਵਾਰੀ ਇੱਕ ਪਡੂੰਗੇ ਚ ਪਾਣੀ ਪਾ ਕੇ ਖੁੱਲੇ ਭਾਂਡੇ ਚ ਉਰ ਚ ਕ੍ਰੇਲਿਆਂ ਨੂੰ ਧੋ ਕੇ ਇੱਕ ਦੋ ਪਾਣੀ ਅਸੀਂ ਧੋ ਕੇ ਰੱਖ ਲੈਂਦੇ ਆ ਕਰੇਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਇੱਕ ਟੋਕਰੀ ਦੇ ਵਿੱਚ ਕੱਢ ਲਿਆ ਹੈ ਤੇ ਜਿਹੜੇ ਸਾਡੇ ਕਰੇਲੇ ਐ ਇਸ ਓਕੇ ਤਿਆਰ ਹੋ ਚੁੱਕੇ ਆ ਹੁਣ ਅਸੀਂ ਇਹਨਾਂ ਨੂੰ ਬਣਾਵਾਂਗੇ ਹੁਣ ਅਸੀਂ ਕੜਾਈ ਦੇ ਵਿੱਚ ਤੇਲ ਪਾ ਦਿੱਤਾ ਹੈ ਤੇਲ ਸਾਡਾ ਗਰਮ ਹੋ ਚੁੱਕਾ ਹੈ ਸਾਰੇ ਕਰੇਲੇ ਅਸੀਂ ਇਸ ਤਰ੍ਹਾਂ ਕੜਾਈ ਦੇ ਵਿੱਚ ਪਾ ਦਵਾਂਗੇ ਅਸੀਂ ਇਹਨਾਂ ਨੂੰ ਡੀਪ ਫਰਾਈ ਨਹੀਂ ਕਰਾਂਗੇ ਆਪਾਂ ਦੋ ਗਗਰਸ਼ੀਆ ਤੇਲ ਦੀਆ ਪਾ ਕੇ ਤੇ ਸਾਰੇ ਕਰੇਲੇ ਉਹਦੇ ਵਿੱਚ ਪਾ ਕੇ ਤੇ ਨੂੰ ਅਸੀਂ ਟੱਕ ਕੇ ਤੇ ਨੂੰ ਅਸੀਂ ਫਰਾਈ ਕਰ ਲਵਾਂਗੇ ਘੱਟ ਤੇਲ ਦੇ ਵਿੱਚ ਸਾਰੇ ਕਰੇਲੇ ਪਾਤਵਾਦ ਅਸੀਂ ਇੱਕ ਵਾਰੀ ਕੜਛੀ ਦੇ ਨਾਲ ਇਹਨਾਂ ਦੀ ਸਾਈਡ ਚੇਂਜ ਕਰ ਦੇਵਾਂਗੇ ਕਿ ਜਿਹੜੀ ਇਹਨਾਂ ਦੀ ਸਾਰੇ ਸਾਈਡ ਤੇ ਮਤਲਬ ਤੇਲ ਲੱਗ ਜਾਵੇ ਤੇ ਹੁਣ ਅਸੀਂ ਇਹਨੂੰ ਸਾਰੀ ਸਾਈਡਾਂ ਚੇਂਜ ਕਰਨ ਤੋਂ ਬਾਅਦ ਅਸੀਂ ਇਹਨੂੰ ਟੱਕ ਦਵਾਂਗੇ ਤੇ ਇਹਨਾਂ ਨੂੰ ਅਸੀਂ ਬਿਲਕੁਲ ਸਲੋ ਚ ਸੇਕ ਉੱਤੇ ਹੋਣ ਦਵਾਂਗੇ ਮੱਠੇ ਸੇਕ ਉੱਤੇ ਹੋਣਗੇ ਤੇ ਅੰਦਰ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਇਸ ਕਰਕੇ ਹੁਣ ਅਸੀਂ ਇਹਨਾਂ ਨੂੰ ਟੱਕ ਦਿੰਦੇ ਹਾਂ ਬੇਚ ਵਿੱਚ ਅਸੀਂ ਟੱਕਣ ਚੱਕ ਕੇ ਦੇਖਦੇ ਰਵਾਂਗੇ ਜਿਹੜੇ ਕਰੇਲੇ ਆ ਉਹਨਾਂ ਦੀ ਸਾਈਡ ਆਪਾਂ ਚੇਂਜ ਕਰਦੇ ਰਵਾਂਗੇ ਤਾਂ ਜੋ ਜਿਹੜੇ ਕਰੇਲੇ ਚੰਗੀ ਤਰ੍ਹਾਂ ਚਾਰੋਂ ਪਾਸੇ ਫਰਾਈ ਹੋ ਜਾਣ ਇਦਾਂ ਨੇ ਦੀ ਆਪਾਂ ਸਾਈਡ ਚੇਂਜ ਕਰ ਦਵਾਂਗੇ ਫਿਰ ਵਿੱਚ ਟੱਕ ਦਵਾਂਗੇ ਫਿਰ ਆਪਾਂ ਚੈੱਕ ਕਰ ਲਵਾਂਗੇ ਤੇ ਅਸੀਂ ਕਰੇਲਿਆਂ ਨੂੰ ਚੰਗੀ ਤਰ੍ਹਾਂ ਫਰਾਈ ਹੋਣ ਤੱਕ ਪਕਾਣਾ ਹੈ ਦੇਖੋ ਜਿਹੜੇ ਸਾਡੇ ਕਰੇਲੇ ਆ ਇਹ ਪੱਕ ਚੁੱਕੇ ਨੇ ਇਸ ਤਰ੍ਹਾਂ ਦੇ ਅਸੀਂ ਕਰੇਲੇ ਕਰਨੇ ਆ ਜਦੋਂ ਇਸ ਤਰ੍ਹਾਂ ਦੇ ਹੋ ਜਾਣ ਜਿਹੜੇ ਜਿਹੜੇ ਇਹਨਾਂ ਵਿੱਚੋਂ ਫਰਾਈ ਹੋ ਜਾਣਗੇ ਉਹਨਾਂ ਨੂੰ ਅਸੀਂ ਕੱਢ ਲਵਾਂਗੇ ਇਹਨਾਂ ਨੂੰ ਅਸੀਂ ਚਿਮਟੇ ਦੇ ਨਾਲ ਕੱਢਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਤੇਲ ਆ ਚੰਗੀ ਤਰ੍ਹਾਂ ਉੱਚੜ ਜਾਵੇ ਹੁਣ ਅਸੀਂ ਇੱਕ ਇੱਕ ਕਰਕੇ ਜਿਹੜਾ ਕਰੇਲਾ ਪੱਕ ਗਿਆ ਹੈ ਉਹਨੂੰ ਅਸੀਂ ਕੱਢ ਲੈਂਦੇ ਆ ਇੱਕ ਪਲੇਟ ਦੇ ਵਿੱਚ ਇਸ ਤਰ੍ਹਾਂ ਅਸੀਂ ਇੱਕ ਇੱਕ ਕਰੇਲਾ ਕੱਢ ਲੈਂਦੇ ਜਿਹੜਾ ਪੱਕ ਚੁੱਕਾ ਹੈ ਇਸ ਤਰ੍ਹਾਂ ਆਪਾਂ ਆਪਣੇ ਸਾਰੇ ਕਰੇਲੇ ਕੱਢ ਕੇ ਪਲੇਟ ਵਿੱਚ ਰੱਖ ਲਵਾਂਗੇ ਐਸੀ ਹੀ ਕੜਾਈ ਦੇ ਵਿੱਚ ਆਪਾਂ ਹੁਣ ਤੜਕਾ ਬਣਾਵਾਂਗੇ ਮਸਾਲਾ ਬਣਾਵਾਂਗੇ ਉਹਦੇ ਲਈ ਆਪਾਂ ਇਹਦਾ ਅੱਧਾ ਤੇਲ ਕੱਢ ਦੇਵਾਂਗੇ ਤੇ ਬਾਕੀ ਤੇਲ ਅਸੀਂ ਇਹਦੇ ਵਿੱਚ ਰਹਿਣ ਦਵਾਂਗੇ ਅਸੀਂ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਰਹਿਣ ਦਿੱਤਾ ਹੈ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਕ੍ਰਸ਼ ਕੀਤੇ ਹੋਏ ਤਿੰਨ ਪਿਆਜ਼ ਪਾਵਾਂਗੇ ਤੇ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਕਿਉਂਕਿ ਅਸੀਂ ਕਲੇਲੇ ਫਰਾਈ ਕੀਤੇ ਆ ਪਹਿਲਾਂ ਤੇਲ ਦੇ ਵਿੱਚ ਤੇ ਜਿਹੜਾ ਹੁਣ ਆਪਾਂ ਤੜਕਾ ਲਗਾਉਣਾ ਹੈਗਾ ਜਿਹੜਾ ਮਸਾਲਾ ਬਣਾਉਣਾ ਹੈ ਆਪਾਂ ਘੱਟ ਤੇਲ ਵਿੱਚ ਹੀ ਬਣਾਵਾਂਗੇ ਜ਼ਿਆਦਾ ਤੇਲ ਨਹੀਂ ਪਾਵਾਂਗੇ ਤੇ ਇਹਨਾਂ ਨੂੰ ਅਸੀਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਅਸੀਂ ਪਿਆਜ਼ਾਂ ਨੂੰ ਭੁੰਦੇ ਸਾਰੀ ਉਹਦੇ ਵਿੱਚ ਨਮਕ ਪਾ ਦਵਾਂਗੇ ਨਮਕ ਪਾੰਦ ਨਾਲ ਜਿਹੜੇ ਪਿਆਜ਼ ਆ ਛੇਤੀ ਭੁੱਜ ਕੇ ਤਿਆਰ ਹੋ ਜਾਂਦੇ ਹੈ ਪਿਆਜ਼ ਜਿਹੜੇ ਸਾਡੇ ਭੁੱਜ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਟਮਾਟਰ ਤੇ ਦੋ ਹਰੀਆਂ ਮਿਰਚਾਂ ਦਾ ਪੇਸਟ ਥੋੜਾ ਸੀ ਮੋਟਾ ਜਿਹਾ ਬਣਾਵਾਂਗੇ ਚੋਪਰ ਦੇ ਵਿੱਚ ਬਹੁਤਾ ਬਰੀਕ ਨਹੀਂ ਕਰਾਂਗੇ ਇਸ ਤਰ੍ਹਾਂ ਦਾ ਅਸੀਂ ਬਣਾਵਾਂਗੇ ਮੋਟਾ-ਮੋਟਾ ਜਿਹਾ ਤੇ ਇਹਨੂੰ ਅਸੀਂ ਪਾ ਦਾਂਗੇ ਤੈਨੂੰ ਆਪਾਂ ਹੁਣ ਚੰਗੀ ਤਰ੍ਹਾਂ ਟਮਾਟਰਾਂ ਨੂੰ ਵੀ ਪੁੰਨ ਲਵਾਂਗੇ ਮਟਰ ਜਦ ਤੱਕ ਪੁੱਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਆਪਣੇ ਸੁੱਕੇ ਮਸਾਲੇ ਇਹਦੇ ਵਿੱਚ ਅਸੀਂ ਪਾਵਾਂਗੇ ਹਲਦੀ ਆਪਣੇ ਸਵਾਦ ਦੇ ਅਨੁਸਾਰ ਪਾ ਲਓ ਹਲਦੀ ਅੱਧਾ ਇੱਕ ਚਮਚ ਅਸੀਂ ਲਾਲ ਮਿਰਚ ਦਾ ਪਾ ਦਵਾਂਗੇ ਥੋੜਾ ਜਿਹਾ ਅਸੀਂ ਪਾਵਾਂਗੇ ਗਰਮ ਮਸਾਲਾ ਤੇ ਅੱਧਾ ਇੱਕ ਚਮਚ ਅਸੀਂ ਪਾ ਦਵਾਂਗੇ ਅਮਚੂਰ ਪਾਊਡਰ ਦਾ ਸਾਰੇ ਸੁੱਕੇ ਮਸਾਲੇ ਪਾਣ ਤੋਂ ਬਾਅਦ ਹੁਣ ਆਪਾਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਲਵਾਂਗੇ ਭੁੰਨ ਜਿਹੜਾ ਅਮचूर ਪਾਊਡਰ ਹੈਗਾ ਜਦੋਂ ਵੀ ਤੁਸੀਂ ਭਿੰਡੀਆਂ ਜਾਂ ਕਰੇਲੇ ਬਣਾਓ ਤੇ ਇਹਦੇ ਵਿੱਚ ਕੰਪਲਸਰੀ ਹੈ ਕਿ ਅਮचूर ਪਾਊਡਰ ਪਾਓ ਇਸ ਤੋਂ ਬਗੈਰ ਜਿਹੜੇ ਭਿੰਡੀਆਂ ਕਰੇਲੇ ਸਵਾਦ ਨਹੀਂ ਬੰਦਿਆ ਤੇ ਜਦੋਂ ਵੀ ਭਿੰਡੀਆਂ ਜਾਂ ਕਰੇਲੇ ਬਣਾਣੇ ਆ ਤੇ ਅਮचूर ਪਾਊਡਰ ਜਿਹੜਾ ਜਰੂਰ ਪਾਓ ਦੇਖੋ ਜਿਹੜਾ ਸਾਡਾ ਮਸਾਲਾ ਹੈਗਾ ਬਣ ਕੇ ਤਿਆਰ ਹੋ ਚੁੱਕਾ ਹੈ ਮੈਂ ਇਹਦੇ ਵਿੱਚ ਜਿਹੜਾ ਤੇਲ ਆ ਬਿਲਕੁਲ ਘੱਟ ਪਾਇਆ ਸੀ ਕਿ ਦੇਖੋ ਬਿਲਕੁਲ ਬਾਹਰ ਨਹੀਂ ਆਇਆ ਹੈਗਾ ਇੰਨਾ ਕਿ ਤੇਲ ਪਾਇਆ ਸੀ ਕਿ ਜਿਹੜਾ ਸਾਡਾ ਮਸਾਲਾ ਪੁੱਜ ਹੋ ਚੁੱਕਾ ਹੈ ਪੂਰਾ ਉਹਦੇ ਵਿੱਚ ਹੁਣ ਅਸੀਂ ਜਿਹੜੀ ਕ੍ਰੇਲੀਆਂ 'ਚ ਸਟਫਿੰਗ ਕਰਨੀ ਹੈ ਆ ਜਿਹੜਾ ਮਸਾਲਾ ਹੈਗਾ ਨੂੰ ਪਲੇਟ ਵਿੱਚ ਕੱਢ ਕੇ ਠੰਡਾ ਹੋਣ ਲਈ ਰੱਖ ਦਵਾਂਗੇ ਲੋ ਜੀ ਜਿਹੜਾ ਸਾਡਾ ਮਸਾਲਾ ਹੈਗਾ ਸਟਫਿੰਗ ਵਾਸਤੇ ਇਹ ਠੰਡਾ ਹੋ ਚੁੱਕਾ ਹੈ ਤੇ ਹੁਣ ਅਸੀਂ ਇਹ ਸਟਫਿੰਗ ਕਰਾਂਗੇ ਇਸ ਤਰ੍ਹਾਂ ਸੀ ਚਮਚ ਦੇ ਨਾਲ ਕ੍ਰੇਲੀਆਂ ਦੇ ਵਿੱਚ ਭਰ ਲਈ ਜਾਵਾਂਗੇ ਮਸਾਲਾ ਸਾਰੇ ਕ੍ਰੇਲੀਆਂ ਵਿੱਚ ਅਸੀਂ ਇਸੇ ਤਰ੍ਹਾਂ ਮਸਾਲਾ ਭਰ ਕੇ ਰੱਖ ਲਵਾਂਗੇ ਸਾਰੇ ਕਰੇਲਿਆਂ ਨੂੰ ਭਰ ਕੇ ਅਸੀਂ ਤਿਆਰ ਕਰ ਲਵਾਂਗੇ ਜਿਹੜੇ ਸਾਡੇ ਕਰੇਲੇ ਆ ਭਰ ਕੇ ਤਿਆਰ ਹੋ ਚੁੱਕੇ ਨੇ ਹੁਣ ਅਸੀਂ ਕੜਾਈ ਲਵਾਵਾਂਗੇ ਉਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਤੇਲ ਥੋੜਾ ਜਿਹਾ ਤੇਲ ਪਾਤਵਾਲ ਸਾਰੇ ਕਰੇਲੇ ਅਸੀਂ ਇਹਦੇ ਵਿੱਚ ਰੱਖ ਕੇ ਇਹਨਾਂ ਨੂੰ ਇੱਕ ਵਾਰੀ ਸੇਕ ਫਿਰ ਲਗਾਵਾਂਗੇ ਤੇ ਹੁਣ ਅਸੀਂ ਹਲਕੇ ਹਲਕੇ ਹੱਥ ਦੇ ਨਾਲ ਇਹਨਾਂ ਦੀ ਜਿਹੜੀ ਹੈਗੀ ਐ ਸਾਈਡ ਚੇਂਜ ਕਰ ਦਵਾਂਗੇ ਤੇ ਅਸੀਂ ਕਰੇਲਿਆਂ ਨੂੰ ਚੰਗੀ ਤਰ੍ਹਾਂ ਸੇਕ ਲਗਾ ਲਾਂਗੇ ਮਸਾਲਾ ਪਾਉਣ ਤੋਂ ਬਾਅਦ ਵੀ ਇੱਕ ਵਾਰੀ ਜਿਹੜਾ ਅਸੀਂ ਕਰੇਲਿਆਂ ਨੂੰ ਸੇਕ ਲਗਾਉਣਾ ਪੈਂਦਾ ਹੈ ਇਹਨੂੰ ਜਰੂਰ ਲਗਾਓ ਜਦੋਂ ਇੱਕ ਵਾਰੀ ਭਰ ਲਓ ਲੋ ਜੀ ਜਿਹੜੇ ਸਾਡੇ ਕਰੇਲੇ ਆ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਨੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਨ ਤੋਂ ਬਾਅਦ ਤੁਸੀਂ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਇਹਨਾਂ ਕਰੇਲਿਆਂ ਨੂੰ ਫੁਲਕੇ ਨਾਲ ਪਰੌਂਠੀ ਦੇ ਨਾਲ ਸਰਵ ਕਰ ਸਕਦੇ ਹੋ ਨੂੰ ਤੁਸੀਂ ਸਫਰ 'ਚ ਵੀ ਲੈ ਕੇ ਜਾ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਫਿਰ ਤੁਹਾਨੂੰ ਅਗਲੀ ਵੀਡੀਓ 'ਚ